ਕਬੱਡੀ ਦੇ ਵਿੱਚ ਗੱਲ ਕਰੀਏ ਜਦੋਂ ਟੈਕਨੀਕ ਦੀ ਗੱਲ ਆਉਂਦੀ ਆ ਕਬੱਡੀ ਦੇ ਵਿੱਚ ਤੁਹਾਡਾ ਬਹੁਤ ਵਧੀਆ ਮੋੜੇ ਹੁੰਦੇ ਸੀ ਡੌਜ ਬਹੁਤ ਵਧੀਆ ਹੁੰਦੀ ਸੀਗੀ ਕਰੰਟ ਬੜਾ ਸੀਗਾ ਸਪੀਡ ਬੜੀ ਸੀ ਪੈਰਾਂ ਦੇ ਬੜੇ ਛੋਲੇ ਸੀਗੇ ਹਾਂਜੀ ਇਹ ਚੀਜ਼ਾਂ ਲਈ ਕੋਈ ਡਿਫਰੈਂਟ ਐਕਸਰਸਾਈਜ਼ ਜਾਂ ਗੋਡ ਗਿਫਟ ਸੀਗਾ ਇਹਦਾ ਹੀ ਗੋਡ ਗਿਫਟ ਵੀ ਮੈਂ ਲੋਕ ਕਹਿ ਸਕਦੇ ਆ ਬਾਕੀ ਉਹੀ ਕਬੱਡੀ ਬਾਲੀ ਖੇਡਦਾ ਹੈ ਪੰਜਾਬ ਵਿੱਚ ਪੰਜਾਬ ਨੂੰ ਕਬੱਡੀਆਂ ਤਾਂ ਬਈ ਪੈਂਡ ਨੈਟ ਹੀ ਪਾਉਣ ਵਾਲੀ ਹੋਰ ਕੋਈ ਐਕਸਰਸਾਈਜ਼ ਨਹੀਂ ਕਰਦੇ ਸੀ ਜਿਵੇਂ ਜਿਮ ਲਾਏ ਮਾਰਨਿੰਗ ਜਿਮ ਚਲੇ ਜਾਂਦੇ ਸੀ ਸ਼ਾਮ ਨੂੰ ਕਬੱਡੀ ਕੋਈ ਖੇਡਦਾ ਸੀ ਵਾਜੀ ਆ ਕੇ 20 25 ਬਾਈ ਗੇਮ ਹੀ ਜ਼ਿਆਦਾ ਲਾਉਣਾ ਹਾਂ 20 25 ਕਬੱਡੀਆਂ ਪਹਿਲਾਂ ਪਾਤੀਆਂ ਜੋ ਸੀਜ਼ਨ ਪੂਰਾ ਵੀ ਮਿਹਨਤ ਲਾਉਂਦੇ ਸੀ ਉਦੋਂ ਜਿਮ ਘੱਟ ਜਾਂਦੇ ਸੀ ਜਾਂ ਦੁਪਹਿਰੇ ਜਿਮ ਜਾਣਾ ਮਾਰਨਿੰਗ ਕਬੱਡੀਆਂ ਪਾਉਣੀਆਂ ਬਸ 15 20 ਮਾਰਨਿੰਗ ਪਾ ਜਾਣੀਆਂ ਰਾਈਟ ਦੁਪਹਿਰੇ ਜਿਮ ਚਲੇ ਜਾਣਾ 10 11 ਵਜੇ ਸ਼ਾਮ ਨੂੰ ਫੇਰ ਆ ਕੇ ਪਾਉਣਾ ਕੀ ਬਾਤ ਵੀ ਕਬੱਡੀ ਬਹੁਤ ਖੇਡਦਾ ਸੀ ਉਹ ਕਬੱਡੀ ਖੇਡਣ ਦੇ ਨਾਲ ਹੀ ਦਿਮਾਗ 'ਚ ਆਉਂਦੀ ਆ ਐਗਜ਼ੈਕਟਲੀ ਜਦੋਂ ਜਿੰਨਾ ਤੁਸੀਂ ਜ਼ਿਆਦਾ ਤੁਹਾਡੀ ਗੱਲ ਕਰਨਾ ਕਿ ਜਿੰਨਾ ਤੁਸੀਂ ਗੇਮ ਜ਼ਿਆਦਾ ਲਾਉਂਗੇ ਆਉਣ ਵਾਲੀ ਜਿਹੜੀ ਜਨਰੇਸ਼ਨ